ਪੀਜੀਆਈ ਚੰਡੀਗੜ੍ਹ ਚ ਕੀਨੀਆ ਦੇ 2 ਸਾਲਾਂ ਮਾਸੂਮ ਬੱਚੇ ਨੇ ਕਿਵੇਂ 4 ਮਰੀਜ਼ਾਂ ਦੀ ਜ਼ਿੰਦਗੀ ਰੌਸ਼ਨ ਕੀਤੀ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਸ ਦੇ ਦਾਨ ਕੀਤੇ ਅੰਗਾਂ ਨੇ ਦੂਜਿਆਂ ਦੀ ਹਨੇਰੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਭਰ ਕੇ ਸਾਨੂੰ ਜਿਉਣ ਦਾ ਇੱਕ ਨਵਾਂ ਸਹਾਰਾ ਦੇ ਦਿੱਤਾ। ਮੈਨੂੰ ਇਸ ਉੱਤੇ ਮਾਣ ਵੀ ਹੈ। ਇਹ ਸ਼ਬਦ ਹਨ ਕੀਨੀਆ ਦੀ ਨਾਗਰਿਕ ਜੈਕਲੀਨ ਡਾਇਰੀ ਦੇ। ਜੈਕਲੀਨ ਚੰਡੀਗੜ੍ਹ ਨਜ਼ਦੀਕ ਖਰੜ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ 2 ਸਾਲਾ ਪੁੱਤਰ ਲੂੰਡਾ ਕਯੂਮਬਾ ਦੀ ਮੌਤ ਕੁਝ ਦਿਨ ਪਹਿਲਾਂ ਹੋਈ ਹੈ। ਲੂੰਡਾ ਕਯੂਮਬਾ ਦੀ ਮੌਤ ਤੋਂ ਬਾਅਦ ਉਸ ਦੇ ਦਾਨ ਕੀਤੇ ਗਏ ਅੰਗਾਂ ਨੇ 4 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਲੂੰਡਾ ਕਯੂਮਬਾ ਨੂੰ ਪਿਆਰ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰੋਸਪਰ ਆਖਦੇ ਸਨ। ਚੰਡੀਗੜ੍ਹ ਦੇ ਪੀਜੀਆਈ ਵਿੱਚ ਪਹਿਲੀ ਵਾਰ ਕਿਸੇ ਵਿਦੇਸ਼ੀ ਨਾਗਰਿਕ ਦੀ ਮੌਤ ਤੋਂ ਬਾਅਦ ਉਸ ਦੇ ਅੰਗਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ। ਇਹਨਾਂ ਵਿੱਚੋਂ 2 ਮਰੀਜ਼ਾਂ ਨੂੰ ਇੱਕੋ ਸਮੇਂ ਪੈਨਕ੍ਰੀਆਸ ਅਤੇ ਕਿਡਨੀ ਅਤੇ ਦੂਜੇ ਦਾ ਗੁਰਦਾ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੋਸਪਰ ਦੀਆਂ ਅੱਖਾਂ ਦਾ ਕੋਰਨੀਆ ਦਾਨ ਕਰਨ ਨਾਲ 2 ਹੋਰ ਲੋਕਾਂ ਨੂੰ ਵੀ ਰੌਸ਼ਨੀ ਮਿਲੀ ਹੈ, ਜਿਸ ਨਾਲ 4 ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਆ ਗਈਆਂ ਹਨ। ਇਸ ਦੇ ਨਾਲ ਹੀ ਪ੍ਰੋਸਪਰ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਪੈਨਕ੍ਰੀਆਸ ਡੋਨਰ ਬਣ ਗਿਆ ਹੈ। ਜੈਕਲੀਨ ਡਾਇਰੀ 2019 ਵਿੱਚ ਭਾਰਤ ਆਏ ਸਨ ਅਤੇ ਇੱਥੇ ਹੀ ਆ ਕੇ ਉਹ ਮਾਂ ਬਣੇ ਸਨ। ਜੈਕਲੀਨ ਨੇ ਦੱਸਿਆ ਕਿ ਉਹ ਪ੍ਰੋਸਪਰ ਦੇ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਬਹੁਤ ਖੁਸ਼ ਸੀ, ਪਰ ਹੁਣ ਉਸ ਦੇ ਅਚਾਨਕ ਚਲੇ ਜਾਣ ਕਾਰਨ ਉਹ ਸਦਮੇ ਵਿੱਚ ਹਨ। ਜੈਕਲੀਨ ਮੁਤਾਬਕ ਪ੍ਰੋਸਪਰ ਤਾਂ ਹੁਣ ਵਾਪਸ ਆ ਨਹੀਂ ਸਕਦਾ, ਪਰ ਉਸ ਦੇ ਅੰਗ ਦੂਜਿਆਂ ਨੂੰ ਜੀਵਨ ਦਾਨ ਦੇ ਰਹੇ ਹਨ, ਇਸ ਕਾਰਨ ਉਨ੍ਹਾਂ ਨੂੰ ਥੋੜੀ ਤਸੱਲੀ ਮਿਲੀ ਹੈ। ਜੈਕਲੀਨ ਮੁਤਾਬਕ ਦਿਆਲਤਾ ਦਾ ਇਹ ਕੰਮ ਸਾਡੇ ਲਈ ਉਸ ਦੀ ਜ਼ਿੰਦਗੀ ਨੂੰ ਜ਼ਿੰਦਾ ਰੱਖਣ ਦਾ ਇੱਕ ਤਰੀਕਾ ਹੈ। ਬੀਤੇ 17 ਅਕਤੂਬਰ ਨੂੰ ਪ੍ਰੋਸਪਰ ਉਸ ਸਮੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਦੋਂ ਉਹ ਘਰ ਦੀ 3ਜੀ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਗਿਆ ਸੀ। ਉਹ ਪੀਜੀਆਈ ਵਿੱਚ ਕਰੀਬ 9 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ 26 ਅਕਤੂਬਰ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ, ਜਿਸ ਨਾਲ ਪ੍ਰੋਸਪਰ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਪੈਨਕ੍ਰੀਆਸ ਦਾਨੀ ਬਣ ਗਿਆ। ਇੰਨੇ ਛੋਟੇ ਬੱਚੇ ਨੂੰ ਗਵਾਉਣਾ ਜੈਕਲੀਨ ਲਈ ਬੇਹੱਦ ਦੁਖਦਾਈ ਹੈ, ਪਰ ਪਰਿਵਾਰ ਵੱਲੋਂ ਪ੍ਰੋਸਪਰ ਦੇ ਅੰਗਦਾਨ ਕਰਨ ਬਾਰੇ ਫੈਸਲੇ ਨੇ ਸਾਨੂੰ ਹਮਦਰਦੀ ਅਤੇ ਇਨਸਾਨੀਅਤ ਦੀ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਹੈ।